Bismillah ar-Rahman ar-Rahim. Assalamu alaikum mere bhai bhaiyo, Allah taala khush rakhe, shadobad rakhe. Isi pyari dua na aaj da vlog shuru kar di. Shuru karne to pehle choti request kar di, aisha family log jo subscribe nahi kita un subscribe karo, jara bell da button zarur press karo ki sadi har video notification mere pehne pranav tak bar waqt pahunchda rahe. Aaj di video kuch is tarah vi sahri da time ho chuka va, maulvi vi khoob boli jaanda hai te aisha da bunu vi mithaya suga. ਤੇ ਹੁਣ ਅਸ਼ਾ ਠਾ ਕੇ ਆਈ ਹਾਂ, ਹੁਣ ਅਸ਼ਾ ਸੈਰੀ ਤਿਆਰ ਕਰਨ ਡਈ ਹੈ ਅਤੇ ਮੈਂ ਕਿਹਾ ਚਲੋ ਆਪਣਾ ਮੈਂ ਵਲੋਗ ਸ਼ੁਰੂ ਕਰਾਂ ਵਾਂ. ਹੁਣ ਮੈਂ ਅਰਸਲਾਨ ਬੇਟੇ ਨੂੰ ਬਿਠਾਉਂਦੀ ਹਾਂ, ਅਰਸਲਾਨ ਬੇਟਾ ਸੁੱਤਾ ਪਿਆ ਵਾ ਅਤੇ ਸਾਰੇ ਉੱਠਦੇ ਹਾਂ ਅਤੇ ਸੈਰੀ ਕਰਦੇ ਹਾਂ. ਸੈਰੀ ਕਰਕੇ ਤੇ ਰੋਜ਼ਾ ਰੱਖਦੇ ਹਾਂ, ਅੱਲਾ ਨੂੰ ਯਾਦ ਕਰਦੇ ਹਾਂ ਅਤੇ ਅੱਲਾ ਪਾਕ ਸਭ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਬਿਮਾਰਾਂ ਨੂੰ ਸ਼ਿਫਾ ਦੇਵੇ. ਆਮੀਨ ਸੁਮਾਮੀ. ਅਤੇ ਹੁਣ ਚੱਲਦੇ ਹਾਂ ਕਿਚਨ ਵਿੱਚ. ਰਾਤੀ ਸਾਰੀ ਰਾਤ ਬਹੁਤ ਜ਼ਿਆਦਾ ਬਾਰਿਸ਼ ਹੋਈ, ਸਾਰੀ ਰਾਤ ਬਾਰਿਸ਼ ਪਈ ਹੈ. ਇੰਨੀ ਕੁ ਬਾਰਿਸ਼ ਸੀਗੀ ਵੀ ਬਹੁਤ ਜ਼ਿਆਦਾ. ਅਤੇ ਸ਼ੁਕਰ ਅੱਲਾ ਦਾ ਵੀ ਸਾਡੇ ਇਲਾਕਾ ਇੱਦਾਂ ਦਾ ਵਾ ਵੀ ਪਾਣੀ ਜਜ਼ਬ ਬਿਲਕੁਲ ਕਰ ਜਾਂਦਾ ਵਾ. ਅਤੇ ਜੇ ਆ ਤਿਲਕਣੇ ਜੇ ਇਲਾਕੇ ਜਿੱਦਾਂ ਪਿਛਲੇ ਇਲਾਕੇ ਆ ਅਤੇ ਇੱਦਾਂ ਦੇ ਹੋਣ ਤਾਂ ਇੱਥੇ ਤਾਂ ਪਾਣੀ ਨਾ ਜਜ਼ਬ ਹੋ ਖਤਮ ਹੋਵੇ. ਅਤੇ ਪਾਣੀ ਬਿਲਕੁਲ ਖੁਸ਼ਕ ਹੋ ਗਿਆ ਮਾਸ਼ਾਅੱਲਾ. ਅਤੇ ਇਹ ਆ ਵੀ ਨਾ ਇਹ ਪਤਾ ਨਹੀਂ ਮੇਰਾ ਤਾਂ ਰਾਤੀ ਕੀ ਹੋਇਆ, ਮੈਂ ਰੋਜ਼ਾ ਖੋਲ੍ਹ ਕੇ ਮੇਰੇ ਤਾਂ ਇੱਦਾਂ ਹੋਗਾ ਵੀ ਬਿਲੋ ਹੋ ਗਿਆ ਹੁੰਦਾ, ਮੈਨੂੰ ਕੋਈ ਹੋਸ਼ ਨਹੀਂ ਰਹੀ ਹੈਗੀ ਮੈਂ ਕਿੱਥੇ ਪਈ ਕਿੱਥੇ ਨਹੀਂ. ਅਤੇ ਇੰਨਾ ਕੁ ਵੀ ਪਤਾ ਲੱਗਦਾ ਸੀ ਬਾਹਰ ਖੜਕਾ ਆਉਣ ਡਿਆ ਥੋੜ੍ਹਾ ਥੋੜ੍ਹਾ. ਅਤੇ ਹੁਣ ਨਾ ਜੇ ਸੁਬਹਾ ਉੱਠੀ ਹਾਂ ਤਾਂ ਅਸ਼ਾ ਦੇ ਦੱਸਦੇ ਸੀ ਕਹਿੰਦੇ ਸਾਰੀ ਰਾਤ ਬਾਰਿਸ਼ ਪਈ ਆ. ਅੱਲਾ ਦੀ ਰਹਿਮਤ ਹੋਈ ਆ, ਅੱਲਾ ਪਾਕ ਸਭ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ. ਹੁਣ ਚੱਲਦੇ ਹਾਂ ਕਿਚਨ ਵਿੱਚ, ਦੇਖਦੇ ਹਾਂ ਅਸ਼ਾ ਨੇ ਸੈਰੀ ਦੀ ਕਿੰਨੀ ਕੁ ਤਿਆਰੀ ਕਰ ਲਈ ਹੈ. ਦੇਖੋ ਜੀ ਚਾਰਜ ਫਿਰੇ, ਬੋਲ ਵੀ ਬੋਲ ਰਿਹਾ ਅਤੇ ਬਲਬ ਲਾਈਟ ਜਾਲ ਕੇ ਗਈ ਸੀ ਮੈਂ ਅੰਦਰ. ਅਤੇ ਮੈਂ ਕਿਹਾ ਹੁਣ ਅਸ਼ਾ ਬੇਟੀ ਜਾ ਕੇ ਦਾ ਸੈਰੀ ਦੀ ਤਿਆਰੀ ਕਰਨ ਲੱਗੀ ਹੋਈ ਹੈ. ਹੁਣ ਚੱਲਦੇ ਹਾਂ, ਚੱਲ ਕੇ ਦੇਖਦੇ ਹਾਂ. ਦੇਖੋ ਇੰਨੀ ਜ਼ਮੀਨ ਗਿੱਲੀ ਆ, ਸਾਰੀ ਰਾਤ ਇੰਨੀ ਬਾਰਿਸ਼ ਪਈ. ਇੰਨਾ ਸ਼ੁਕਰ ਦੇਖੋ ਜਜ਼ਬ ਹੋ ਗਿਆ ਪਾਣੀ, ਕਿਉਂਕਿ ਸਾਡਾ ਇਲਾਕਾ ਰੇਤਲਾ ਵਾ, ਪਾਣੀ ਸਾਰੀ ਜ਼ਮੀਨ ਪੀ ਗਈ. ਅਸ਼ਾ ਬੇਟੀ ਚੁੱਲ੍ਹੇ ਗੈਸ ਦੇ ਉੱਪਰ ਹੀ ਵੀ ਸੇਕ ਸੇਕ ਰੋਟੀਆਂ ਬਣਾਈ ਜਾਣ ਲਈ, ਨਾਲ ਹੁਣ ਤਵਾ ਰੱਖਦੀ ਰੋਟੀਆਂ ਪਾਸੇ ਮਸ਼ਾ ਬਣ ਗਈਆਂ. ਅਤੇ ਹੁਣ ਜਲਦੀ ਜਲਦੀ ਰੋਟੀ ਬਣਾਈ ਜਾਂਦੀ, ਰੋਟੀ ਬਣਾ ਲੈਂਦੀ ਅਤੇ ਫਿਰ ਅਸੀਂ ਬਹਿ ਕੇ ਸੈਰੀ ਕਰਦੇ ਹਾਂ. ਅੱਛਾ ਜੀ ਸੈਰੀ ਅਸੀਂ ਕਰ ਲਈ ਆ ਅਤੇ ਰੋਜ਼ੇ ਦਾ ਟਾਈਮ ਦੇਖੋ ਕਹਿ ਰਹੇ ਆ ਵੀ 4 ਮਿੰਟ ਰਹਿ ਗਏ, ਸਿਰਫ 4 ਮਿੰਟ, 40 ਮਿੰਟ. ਹਾਂਜੀ ਅਤੇ ਬਹੁਤ ਥੋੜ੍ਹਾ ਟਾਈਮ ਰਹਿ ਗਿਆ ਵਾ. ਅਸੀਂ ਸੈਰੀ ਮਾਸ਼ਾਅੱਲਾ ਸ਼ੁਕਰ ਅੱਲਾ ਦਾ ਅਸੀਂ ਸੈਰੀ ਕਰ ਲਈ ਆ, ਕਿਉਂਕਿ ਐਸ਼ਾ ਦੇ ਬਾਰਿਸ਼ ਪੈ ਰਹੀ ਸੀ. ਇਹ ਬਾਰਿਸ਼ ਪੈਂਦੀ ਦੇ ਵਿੱਚ ਜਾਗਦੇ ਰਹਿੰਦੇ, ਸੌਂਦੇ ਨਹੀਂ ਗੇ. ਅਤੇ ਜਿਸ ਟਾਈਮ ਮੈਂ ਉੱਠਿਆ ਨਾ ਅਤੇ ਮੇਰੀ ਵਾਈਫ ਮਰੀਮ ਕਹਿ ਰਹੀ ਸੀ ਕਿ ਮੈਨੂੰ ਪਾਣੀ ਲਿਆ ਦਿਓ, ਮੈਂ ਪਾਣੀ ਪੀਣਾ. ਅੱਛਾ ਮੈਂ ਦੁਬਾਰਾ ਉੱਠਿਆ ਹਾਂ, ਦੂਸਰਾ ਪਾਣੀ ਲਿਆ ਸੀ, ਬਾਹਰ ਦੇਖਿਆ ਬਾਹਰ ਬਾਰਿਸ਼ ਹੋਣ ਦੀ ਐਡਾ ਪਿਆਰਾ ਮਾਹੌਲ ਬਣਿਆ ਸੀ. ਠੰਡਾ ਮਾਹੌਲ ਤਾਂ ਕਾਹਦਾ ਹੀ ਬਣਿਆ ਹੋਇਆ, ਠੰਡਾ ਮਾਹੌਲ ਤਾਂ ਬਹੁਤ ਬਣਿਆ. ਤਾਂ ਪਰ ਫਸਲਾਂ ਦੀ ਤਬਾਹੀ ਲੱਥ ਗਈ ਹੈ ਫਸਲਾਂ ਦੇ. ਮੇਰੇ ਅੱਲਾ ਦੀ ਰਜ਼ਾ ਵਾ, ਅੱਲਾ ਦੀ ਰਜ਼ਾ, ਮੇਰੇ ਅੱਲਾ ਦੀ ਰਜ਼ਾ ਵਾ. ਉਹ ਸਾਡੇ ਵਾਸਤੇ ਕਿੰਨਾ ਬਿਹਤਰ ਕਰਦਾ ਹੋਵੇ ਉਹ ਨੂੰ ਪਤਾ, ਠੀਕ ਹੈ. ਉਸ ਦਾ ਇਹਦੇ ਵਿੱਚ ਕੋਈ ਬਿਹਤਰੀ ਹੋਵੇ, ਠੀਕ ਹੈ, ਠੀਕ ਹੈ. ਸਾਨੂੰ ਅੱਲਾ ਪਾਕ ਦੀ ਰਾਜ ਵਿੱਚ ਰਾਜ਼ੀ ਰਹਿਣਾ ਚਾਹੀਦਾ ਬਸ. ਬਾਕੀ ਅਸਤਗਫਾਰ ਆ, ਅਸਤਗਫਾਰ ਕਰਦੇ ਹਾਂ, ਗੁਨਾਹਗਾਰ ਬੰਦੇ ਹਾਂ ਉਸ ਮਾਲਕ ਦੇ ਜਿੰਨੀ ਅਸਤਗਫਾਰ ਕਰ ਲਈ ਉਹਨੀ ਥੋੜ੍ਹੀ ਹੈ, ਠੀਕ ਹੈ. ਅਤੇ ਮਾਸ਼ਾਅੱਲਾ ਬੜੀ ਬਾਰਿਸ਼ ਹੋ ਰਹੀ ਸੀ, ਮੈਂ ਨੱਸ ਕੇ ਆਇਆ, ਫਿਰ ਮੈਂ ਸੌ ਗਿਆ ਤੇ ਉਹਨਾਂ ਨੂੰ ਜਾਗਣਾ ਆਵੇ ਤੇ ਫਿਰ ਮੈਂ ਬੈਠਾ ਹੀ ਰਿਹਾ, ਫਿਰ ਢੋ ਲਾ ਕੇ ਨਾ ਸਰਾਣੇ ਦੀ ਬੈਠਾ ਰਿਹਾ. ਜਿਵੇਂ ਮੈਨੂੰ ਉਠਾਇਆ ਵਾ ਤਾਂ ਕਹਿੰਦਾ ਉੱਠ ਲੋ, ਰੋਜ਼ਾ ਰੱਖ ਲੋ ਉੱਠ ਕੇ. ਹਾਂਜੀ ਸੈਰੀ ਮਾਸ਼ਾਅੱਲਾ ਅਸੀਂ ਕਰ ਚੁੱਕੇ ਹਾਂ. ਜ਼ਿੰਦਗੀ ਦੇ ਹੈਗੇ ਕਿ ਨਹੀਂ ਹੈਗੇ, ਤੇ ਨਾ ਸਾਨੂੰ ਪੈਸੇ ਦਾ ਲਾਲਚ ਆ, ਨਾ ਸਾਨੂੰ ਕਿਸੇ ਸ਼ੈ ਦਾ ਲਾਲਚ ਆ. ਦੇਖੋ ਏਡੀ ਚਾਹਤ ਦੇ ਨਾਲ ਸਾਨੂੰ ਏਡੀ ਦੂਰੋਂ ਮਿਲਣ ਆਈ ਆ, ਅਸੀਂ ਕਦਰ ਕਰਦੇ, ਉਹਨਾਂ ਦੀ ਇੱਜ਼ਤ ਕਰਦੇ ਆ ਅਸੀਂ. ਹਾਂਜੀ
ਹਾਂ ਜੀ ਇਤਨਾ ਪੈਸਾ ਖਰਚ ਕਰਕੇ ਆਏ ਆ ਹਾਂ ਜੀ ਖਲੂਸ ਨਾਲ ਮੁਹੱਬਤ ਨਾਲ ਆਏ ਆ ਠੀਕ ਹੈ ਹਾਂ ਜੀ ਸਾਨੂੰ ਮਿਲਣ ਵਾਸਤੇ ਆਏ ਆ ਠੀਕ ਹੈ ਮਾਂ ਜੀ ਅਲਹਮਦੁਲਿਲਾ ਅੱਲਾ ਦਾ ਲੱਖਾਂ ਕਰੋੜਾਂ ਵਾਲੀ ਸ਼ੁਕਰ ਅਦਾ ਕਰਦੇ ਹਾਂ ਕਿ ਤਿੰਨ ਟਾਈਮ ਦਾ ਖਾਣਾ ਪੇਟ ਭਰ ਕੇ ਖਾ ਸੋਈ ਦਾ ਹਾਂਜੀ ਇਸ ਤੋਂ ਬਾਅਦ ਸਾਡੇ ਕੋਲ ਸਾਨੂੰ ਕੋਲ ਕੀ ਚਾਹੀਦਾ ਸਾਨੂੰ ਕੁਛ ਨਹੀਂ ਚਾਹੀਦਾ ਅਸੀਂ ਤੇ ਅੱਲਾ ਨਾ ਸਾਨੂੰ ਕੋਠੀਆਂ ਚਾਹੀਦੀਆਂ ਨਾ ਸਾਨੂੰ ਜਾਇਦਾਦ ਚਾਹੀਦੀ ਨਾ ਸਾਨੂੰ ਮਾਲ ਚਾਹੀਦਾ ਬਸ ਤੇ ਅਸੀਂ ਤੇ ਅੱਲਾ ਪਾਕ ਦੀ ਇੱਕ ਨਿਯਮਤ ਦਾ ਵੀ ਸ਼ੁਕਰ ਅਦਾ ਨਹੀਂ ਕਰ ਸਕਦੇ ਮਿਸਾਲ ਤੌਰ ਤੇ ਨਾ ਅਗਰ ਇਨਸਾਨ ਚਾਹੇ ਨਾ ਕਿ ਦੂਸਰਾ ਕੋਈ ਇੱਕ ਬਾਕੀ ਦੇ ਗੱਲਾਂ ਦੂਰ ਦੀ ਰਹੀਆਂ ਵਾ ਕਿ ਇਨਸਾਨ ਮਿਸਾਲ ਤੌਰ ਤੇ ਸਾਹ ਲੈਂਦਾ ਜਾਂ ਇਸ ਅੱਖ ਦਾ ਜਾਂ ਕੰਨ ਦਾ ਠੀਕ ਹੈ ਕਿ ਕਿਸੇ ਵੀ ਖਾਣ ਪੀਣ ਤੋਂ ਲਾ ਕੇ ਹਰ ਚੀਜ਼ ਤੱਕ ਕਿਸੇ ਇੱਕ ਨਿਯਮ ਦਾ ਵੀ ਅੱਲਾ ਪਾਕ ਜ਼ਿਆਦਾ ਸ਼ੁਕਰ ਅਦਾ ਕਰ ਰਹੇ ਜਾਂ ਉਹਦਾ ਕੀ ਮੁੱਲ ਦੇ ਦੇਵੇ ਅਤੇ ਮਾਸ਼ਾਅੱਲਾ ਜੀ ਬਾਕੀ ਮੇਰੀ ਭੈਣ ਭਾਈ ਦੁਆ ਇਸ ਚੀਜ਼ ਥੋੜ੍ਹਾ ਧਿਆਨ ਕਰੇਗਾ ਕਿ ਇਸ ਜ਼ੁਬਾਨ ਦੇ ਨਾਲ ਕਿਸੇ ਦੀ ਦਿਲ ਉਜ਼ਾਰੀ ਨਾ ਹੋਵੇ ਸਾਡੀ ਕੋਸ਼ਿਸ਼ ਇਹੀ ਹੈ ਕਿ ਇੱਕ ਮੁਸਲਮਾਨ ਦਾ ਫਰਜ਼ ਇਹ ਵਾ ਕਿ ਉਹਨੂੰ ਉਹਦੇ ਜਿਹੜਾ ਹੱਥ ਵਾ ਉਹਦੇ ਨਾਲ ਕਿਸੇ ਨੂੰ ਨੁਕਸਾਨ ਪਹੁੰਚੇ ਉਹ ਤੇ ਇਹ ਤਾਂ ਦੂਰ ਦੀ ਗੱਲ ਆ ਕਿ ਉਹਦੀ ਇਨਸਾਨ ਦੀ ਜਿਹੜੀ ਇੱਕ ਨਿਗਾਹ ਵਾ ਨਾ ਕਿਸੇ ਨਿਗਾਹ ਨਾਲ ਵੀ ਕਿਸੇ ਨੂੰ ਮੁਸਲਮਾਨ ਪੈਣ ਯਾਨੀ ਕਿ ਨੁਕਸਾਨ ਨਹੀਂ ਹੋਣਾ ਚਾਹੀਦਾ ਯਾਨੀ ਕਿ ਉਹਦੀ ਦਿਲ ਉਜ਼ਾਰੀ ਨਹੀਂ ਹੋਣੀ ਚਾਹੀਦੀ ਕਿ ਉਹਨੂੰ ਬੈਡ ਫੀਲ ਹੋਵੇ ਉਹਨੂੰ ਅੱਛਾ ਫੀਲ ਨਾ ਹੋਵੇ ਠੀਕ ਹੈ ਅਤੇ ਇਸ ਤਰ੍ਹਾਂ ਸਾਡੀ ਜ਼ਬਾਨ ਵੀ ਹੈ ਸਾਡੀ ਜ਼ਬਾਨ ਤੋਂ ਵੀ ਕਿਸੇ ਮੁਸਲਮਾਨ ਭੈਣ ਭਾਈ ਨੂੰ ਵੀ ਤਕਲੀਫ ਨਹੀਂ ਹੋਣੀ ਚਾਹੀਦੀ ਪਤਾ ਕੀ ਆ ਮੇਰੇ ਭੈਣ ਭਾਈ ਉਹ ਸਾਨੂੰ ਕਿਸੇ ਸ਼ੈਅ ਦਾ ਲਾਲਚ ਨਹੀਂ ਹੈਗਾ ਕਿਸੇ ਸ਼ੈਅ ਦੀ ਵੇਖੋ ਮਾਹ ਰਮਜ਼ਾਨ ਦਾ ਮਹੀਨਾ ਵਾ ਰੋਜ਼ੇ ਰੱਖਿਆ ਵਾ ਮਾਸ਼ਾਅੱਲਾ ਅੱਲਾ ਪਾਕ ਰੱਖਣੇ ਸਭ ਨੂੰ ਨਸੀਬ ਕਰੇ ਅੱਲਾ ਪਾਕ ਦੀ ਰਜ਼ਾ ਵਾਸਤੇ ਰੱਖਦੇ ਹਾਂ ਤੇ ਅਸੀਂ ਕਿਸੇ ਦੀ ਵਾਸਤੇ ਨਹੀਂ ਰੱਖਦੇ ਹੈਗੇ ਅੱਲਾ ਦੀ ਰਜ਼ਾ ਵਾਸਤੇ ਰੱਖਦੇ ਹਾਂ ਤੇ ਰੋਜ਼ਿਆਂ ਦਾ ਮਹੀਨਾ ਵਾ ਨਾ ਸਾਨੂੰ ਝੂਠ ਬੋਲਣ ਦੀ ਲੋੜ ਆ ਨਾ ਸਾਨੂੰ ਆਪਾਂ ਤੇ ਕਿਸੇ ਦਾ ਕਿਸੇ ਸ਼ੈ ਦਾ ਵੀ ਲਾਲਚ ਆ ਨਾ ਅਸੀਂ ਲਾਲਚ ਸਾਨੂੰ ਹੈਗਾ ਵਾ ਨਾ ਅੱਲਾ ਤਾਲਾ ਇੱਕ ਕਰਾਵੇ ਹਾਂ ਇੱਕ ਲਾਲਚ ਜ਼ਰੂਰ ਹੈਗਾ ਇੱਕ ਲਾਲਚ ਜ਼ਰੂਰ ਪਿਆਰ ਜ਼ਰੂਰ ਹੈਗਾ ਮੁਹੱਬਤ ਦਾ ਪਿਆਰ ਦਾ ਪਿਆਰ ਲਾਲਚ ਹੈ ਅਸੀਂ ਦਾ ਇੱਜ਼ਤ ਕੋਈ ਨਹੀਂ ਚਾਹੁੰਦਾ ਹਾਂਜੀ ਬਿਲਕੁਲ ਸਾਡੇ ਪਿਆਰ ਨਾਲ ਚਾਹਤ ਨਾਲ ਸਾਨੂੰ ਇੱਕ ਦੇਖਣ ਆਈ ਸੀ ਇੱਕ ਮੈਂ ਦੇਖੋ ਸਗੋਂ ਮੈਂ ਹੱਸਦੀ ਸੀ ਆਪਾਂ ਸਿਰ ਤੋਂ ਲਾ ਕੇ ਪੈਰਾਂ ਤੇ ਦੇਖੋ ਮੈਨੂੰ ਜੈਸੀ ਮੈਂ ਹੈਗੀ ਮੈਂ ਵੈਸੇ ਹੀ ਰਹਿਣਾ ਅਲਹਮਦੁਲਿਲਾ ਨਾ ਅੱਜ ਬਦਲਣੀ ਹੈ ਨਾ ਕੱਲ ਬਦਲਣਾ ਵਾ ਤੇ ਨਾ ਅੱਲਾ ਬਦਲਾਵੇ ਠੀਕ ਆ ਜੇ ਅਗਰ ਸਾਨੂੰ ਦੁਆ ਜ਼ਿਲਤ ਮਿਲਦੀ ਹੈ ਇਨਸਾਨ ਨੂੰ ਠੀਕ ਹੈ ਤੇ ਉਸ ਤੋਂ ਉਹਦੇ ਵਿੱਚ ਵੀ ਕੋਈ ਬਿਹਤਰੀ ਹੁੰਦੀ ਹੈ ਅੱਲਾ ਪਾਕ ਆਪਣੇ ਬੰਦੇ ਦੀ ਅਜ਼ਮਾਇਸ਼ ਵੀ ਕਰਦਾ ਵਾ ਠੀਕ ਹੈ ਇਹ ਮੇਰੇ ਮਾਲਕ ਦੀ ਦੇਣ ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਨਾ ਉਹਦਾ ਕੋਈ ਸ਼ਰੀਕ ਹੈ ਉਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ ਗੁਨਾਹਗਾਰ ਬਸ ਉਹਦੇ ਮਾਲਕ ਦੀ ਮਾਜ਼ਰਤ ਹੈ ਮਾਫ਼ੀ ਮੰਗਦੇ ਜਿੰਨੀ ਹੋ ਸਕਦੀ ਮਾਜ਼ਰਤ ਮਾਫ਼ੀ ਮੰਗਦੇ ਹਾਂ ਕਿਉਂਕਿ ਅਸੀਂ ਇਨਸਾਨ ਹਾਂ ਖਤਾਕਾਰ ਹਾਂ ਅਸੀਂ ਖਤਾ ਉੱਪਰ ਖਤਾ ਕਰਦੇ ਹਾਂ ਲੇਕਿਨ ਉਹ ਸੋਹਣੀ ਦੀ ਜ਼ਾਤ ਮਾਫ਼ ਕਰਨ ਲਈ ਸਾਡੇ ਗੁਨਾਹ ਜ਼ਿਆਦਾ ਨਹੀਂ ਗੇ ਸਾਡੇ ਗੁਨਾਹ ਨਹੀਂ ਵੱਡੇ ਉਹਦੀਆਂ ਰਹਿਮਤਾਂ ਉਹਦੀ ਰਹਿਮਤ ਬਹੁਤ ਬੜੀ ਹੈ ਬਹੁਤ ਵਸੀ ਹੈ ਠੀਕ ਹੈ ਸਾਡੇ ਗੁਨਾਹ ਉਹਦੀ ਰਹਿਮਤ ਦੇ ਕੇ ਕੁਛ ਵੀ ਨਹੀਂ ਹੈ ਬਸ ਰਮਜ਼ਾਨ ਦਾ ਮਹੀਨਾ ਵਾ ਆਪਣੇ ਵਾਸਤੇ ਵੀ ਅਸੀਂ ਇਸਤਗਫਾਰ ਕਰਦੇ ਹਾਂ ਆਪਣੇ ਆਪਣੇ ਭੈਣ ਭਾਈਆਂ ਵਾਸਤੇ ਇਸਤਗਫਾਰ ਕਰਦੇ ਹਾਂ ਜੇ ਸਾਨੂੰ ਕੋਈ ਗਲਤ ਕਮੈਂਟ ਕਰਦਾ ਅਸੀਂ ਉਹਦੇ ਵਾਸਤੇ ਵੀ ਦੁਆ ਕਰਦੇ ਜਿਹੜਾ ਨਹੀਂ ਕਰਦਾ ਉਹਦੇ ਵਾਸਤੇ ਵੀ ਅਸੀਂ ਦੁਆਵਾਂ ਕਰਦੇ ਹਾਂ ਜੋ ਦੁਆਵਾਂ ਕਰਦੇ ਹਾਂ ਬਸ ਮੇਰੇ ਭੈਣ ਭਾਈ ਇਹ ਦੁਆ ਦੀ ਜ਼ਰੂਰਤ ਆ ਕਿਸੇ ਸ਼ੈ ਦੀ ਜ਼ਰੂਰਤ ਨਹੀਂ ਮੇਰੇ ਭੈਣ ਭਾਈ ਸਾਡੇ ਵਾਸਤੇ ਦੁਆ ਕਰਦੇ ਅਸੀਂ ਆਪਣੇ ਭੈਣ ਭਾਈਆਂ ਵਾਸਤੇ ਦੁਆ ਕਰਦੇ ਅੱਲਾ ਪਾਕ ਹਰ ਇੱਕ ਦੇ ਮੂੰਹ ਦੀ ਕੱਢੀ ਹੀ ਕਬੂਲ ਕਰ ਲੈਂਦਾ ਵਾ ਤੇ ਸਾਨੂੰ ਕਿਸੇ ਸ਼ੈ ਦੀ ਜ਼ਰੂਰਤ ਨਹੀਂ ਹੈਗੀ ਤੇ ਵਿੱਚ ਥੋੜ੍ਹੇ ਇੱਕ ਮਿੰਟ ਆਏ ਹੋਏ ਸੀ ਮੈਂ ਕਿਹਾ ਚਲੋ ਥੋੜ੍ਹੀ ਜਿਹੀ ਗੱਲਬਾਤ ਨਾਲ ਵਿੱਚ ਕਰ ਲਈਏ ਅੱਛਾ ਜੀ ਮੈਂ ਨਫਲ ਨਮਾਜ਼ ਪੜ੍ਹ ਕੇ ਆ ਕੇ ਸਭ ਭੈਣ ਭਾਈਆਂ ਵਾਸਤੇ ਦੁਆ ਕੀਤੀ ਹੈ ਅੱਲਾ ਪਾਕ ਸਭ ਦੀਆਂ ਪਰੇਸ਼ਾਨੀਆਂ ਟੈਨਸ਼ਨਾਂ ਦੂਰ ਕਰੇ
ਤੇ ਮੇਰੇ ਭੈਣ ਬਾਈ ਵਿੱਚ ਅਸੀਂ ਜਿਹੜੀ ਮੈਂ ਤਾਂ ਸਰਾਨ ਨੇ ਬੈਠ ਕੇ ਗੱਲਾਂ ਕੀਤੀਆਂ ਥੋੜ੍ਹੀਆਂ ਜਿਹੀ ਵਿੱਚ ਮੇਰੇ ਭੈਣ ਬਾਈਆਂ ਨੂੰ ਕੋਈ ਵਿੱਚੋਂ ਗਲਤ ਲੱਗੇ ਤਾਂ ਮਾਫ਼ ਕਰੀਓ ਅਤੇ ਅਸੀਂ ਇਸੇ ਵਾਸਤੇ ਥੋੜ੍ਹੇ ਕੁ ਮਿੰਟ ਵਿੱਚ ਨੀਚੇ ਆਏ ਹੋਏ ਸੀ ਅਤੇ ਇਸ ਵਾਸਤੇ ਫਿਰ ਅਸੀਂ ਕਿਹਾ ਚਲੋ ਵਿਚਾਰ ਆਪਣੇ ਭੈਣ ਭਰਾਵਾਂ ਨਾਲ ਗੱਲਾਂ ਸ਼ੇਅਰ ਕਰ ਲਈਏ ਜ਼ਾਹਰ ਅਸੀਂ ਆਪਣੇ ਭੈਣ ਭਰਾਵਾਂ ਨਾਲ ਹੀ ਗੱਲ ਕਰਨੀ ਹੁੰਦੀ ਜਿਹੜੀ ਵੀ ਕਰਨੀ ਹੋਵੇ ਅਤੇ ਇਹ ਸੀ ਸਾਡੀ ਅੱਜ ਦੀ ਵੀਡੀਓ ਅਗਰ ਜੇ ਮੇਰੇ ਭੈਣ ਬਾਈਆਂ ਨੂੰ ਪਸੰਦ ਆਈ ਹੋਵੇ ਲਾਈਕ ਕਰੀਓ ਸ਼ੇਅਰ ਕਰੀਓ ਕਮੈਂਟ ਸਾਨੂੰ ਜ਼ਰੂਰ ਦੱਸਿਓ ਆਪਣੀਆਂ ਦੁਆਵਾਂ ਸਾਨੂੰ ਬਹੁਤ ਜ਼ਿਆਦਾ ਯਾਦ ਰੱਖੀਓ ਅਸੀਂ ਵੀ ਆਪਣੇ ਭੈਣ ਭਰਾਵਾਂ ਨੂੰ ਹਰ ਟਾਈਮ ਹਰ ਸਾਹ ਦੇ ਨਾਲ ਦੁਆ ਨਾਲ ਯਾਦ ਰੱਖਦੇ ਹਾਂ ਅੱਲਾਹ ਪਾਕ ਮੇਰੇ ਭੈਣ ਭਰਾਵਾਂ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਬਿਮਾਰਾਂ ਨੂੰ ਸ਼ਿਫਾ ਦੇਵੇ ਜੇ ਕੋਈ ਬੇਰੁਜ਼ਗਾਰ ਅੱਲਾਹ ਤਾਲਾ ਨੂੰ ਤਫਸੀਲਾਂ ਦੇਵੇ ਜੇ ਕੋਈ ਔਲਾਦ ਅੱਲਾਹ ਤਾਲਾ ਨੇਕ ਔਰ ਸਾਲੀਆ ਔਲਾਦ ਦੇਵੇ ਅਤੇ ਜਿੰਨੀ ਮੇਰੀ ਯੂਟਿਊਬ ਫੈਮਿਲੀ ਅੱਲਾਹ ਪਾਕ ਸਭ ਨੂੰ ਤੰਦਰੁਸਤੀ ਸਿਹਤ ਦੇਵੇ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ ਸੰਦੋ ਇਜਾਜ਼ਤ ਅੱਲਾਹ ਹਾਫਿਜ਼।